ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਤਲਵੰਡੀ ਜਲੇ ਖਾਂ ਵਿਖੇ ਅੱਜ ਸ਼ਾਮੀ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਤਿੰਨ ਘਾਇਲ ਜੋ ਹਸਪਤਾਲ ਦੇ ਵਿੱਚ ਦਾਖਲ ਹਨ, ਵਿਨੋਦ ਨਾਇਬ ਤਹਿਸੀਲਦਾਰ ਅਤੇ ਸਿਵਲ ਹਸਪਤਾਲ ਜੀਰਾ ਵਿਖੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸਤਪਾਲ ਸਿੰਘ, ਜਿਸ ਦੀ ਉਮਰ ਤਕਰੀਬਨ 26 ਸਾਲ ਦੱਸੀ ਜਾ ਰਹੀ ਹੈ, ਪਿੰਡ ਤਲਵੰਡੀ ਜ਼ਿਲ੍ਹਾ ਖਾਂ ਵਿਖੇ ਟਰਾਲੀ ਤੋਂ ਤੂੜੀ ਭਰਦਾ ਸੀ ਤੇ ਅਚਾਨਕ ਹੀ ਉਸਦੇ ਉੱਪਰ ਅਸਮਾਨੀ ਬਿਜਲੀ ਡਿੱਗ ਜਾਂਦੀ ਹੈ ਤੇ ਮੌਕੇ ਤੇ ਹੀ ਉਸਦੀ ਮੌਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਦੱਸ ਦਈਏ ਕਿ ਉਸਦੇ ਨਾਲ ਮੌਕੇ ਤੇ ਹੋਰ ਵੀ ਮਜ਼ਦੂਰ ਮੌਜੂਦ ਹੁੰਦੇ ਨੇ, ਉਹ ਵੀ ਘਾਇਲ ਹੋ ਜਾਂਦੇ ਆ। ਆਓ ਤੁਹਾਨੂੰ ਸੁਣਾਉਂਦੇ ਆ ਕੀ ਕੁਛ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ। ਹਾਂਜੀ, ਸਾਡੇ ਕੋਲ ਫੋਨ ਗਿਆ ਸੀ ਜੀ, ਫੋਨ ਗਿਆ ਸੀ, ਕਹਿੰਦੇ ਵੀ ਉੱਥੇ ਬੰਦਾ ਡਿੱਗ ਪਿਆ, ਲਾਈਟ ਪਈ ਆ ਤੇ ਤੁਸੀਂ ਜਲਦੀ ਜਲਦੀ ਆ ਜਾਓ। ਅਸੀਂ ਉਹਨੂੰ ਚਾਹ ਪਿਆ ਕੇ ਉੱਥੋਂ ਉਦੋਂ ਹੀ ਤੁਰ ਪਏ, ਚਾਹ ਵੀ ਨਹੀਂ ਪੀਤੀ ਅਸੀਂ ਤਾਂ। ਉੱਥੇ ਆ ਕੇ ਫਿਰ ਤੁਸੀਂ ਇਹਨਾਂ ਨੂੰ ਇਹ ਘਟਨਾ ਦੇ ਜਦੋਂ ਮਤਲਬ ਵਾਪਰੀ ਆ ਉਹਦੇ ਮੌਕੇ ਤੇ ਆ ਕੇ ਇਹਨਾਂ ਨੂੰ ਫਿਰ ਚੱਕਿਆ ਤੁਸੀਂ? ਨਹੀਂ ਜੀ, ਇਹਨੇ ਚੱਕ ਕੇ ਲਿਆਏ ਸੀ ਪਹਿਲਾਂ ਸਾਡੇ ਤੋਂ। ਤੁਹਾਡੇ ਤੋਂ ਪਹਿਲਾਂ ਲਏ ਸੀ? ਇਹ ਕਿੰਨੇ ਜਣੇ ਆ ਜਿਹੜੇ ਮਤਲਬ ਫੱਟੜ ਹੋਏ ਆ ਜੀ ਉੱਥੇ? 5 ਜਣੇ ਤੇ 4 ਫੱਟੜ ਹੋ ਗਏ। 4 ਫੱਟੜ ਹੋਏ ਆ, ਇੱਕ ਜੀਰੇ ਹਸਪਤਾਲ ਦੇ ਤੇ ਜਿਹੜੇ 3 ਉਹ ਕਿੱਥੇ ਆ ਜੀ? 3 ਉੱਥੇ ਨੰਨੂ ਦੇ, ਉਹ ਠੀਕ ਆ ਕੁਛ ਹਾਲਤ? ਹਾਂਜੀ ਹਾਂਜੀ ਠੀਕ ਆ। ਇੱਕ ਮੁੰਡਾ ਅਜੇ ਮੇਰਾ ਘਰੇ, ਉਹਨੂੰ ਲੈ ਕੇ ਜਾਣਾ ਸੀ ਇਹਨਾਂ ਨੇ ਹੁਣ। ਆਪਣੇ ਕੋਲ 5:45 PM ਤੇ ਰਵੀ ਨਾਮ ਦਾ ਪੇਸ਼ੈਂਟ ਆਇਆ, 108 ਐਂਬੂਲੈਂਸ ਇਹਨੂੰ ਤਲਵੰਡੀ ਜੱਲੇ ਖਾਂ ਤੋਂ ਲੈ ਕੇ ਆਈ ਸੀ ਅਤੇ ਪੇਸ਼ੈਂਟ ਜੋ ਸਾਡੇ ਕੋਲ ਆਇਆ, ਪੇਸ਼ੈਂਟ ਬਰੋਡ ਡੈਡ ਸੀ ਅਤੇ ਪੇਸ਼ੈਂਟ ਦੇ ਲਾਈਟਨਿੰਗ ਸਟ੍ਰਾਈਕ ਦੀ ਹਿਸਟਰੀ ਹੈਗੀ ਆ। ਅਸੀਂ ਪੁਲਿਸ ਇਨਫੋਰਮੇਸ਼ਨ ਭੇਜਤੀ ਹੈ ਅਗਲੀ ਕਾਰਵਾਈ ਲਈ। ਹਾਂਜੀ, ਮੈਂ ਅਮਨਦੀਪ ਸਿੰਘ, ਸਰਪੰਚ ਪਿੰਡ ਡੋਲਬੇਟ। ਹੁਣੇ ਹੁਣੇ ਮੈਨੂੰ ਪਤਾ ਲੱਗਾ ਜੀ, ਇੱਥੇ ਪਹੁੰਚੇ ਹੋਸਪਿਟਲ, ਸਾਡੇ ਪਿੰਡ ਦਾ ਲੜਕਾ ਸੀ ਅਤੇ ਤਲਵੰਡੀ ਜੱਲੇ ਖਾਂ ਖੇਤਾਂ ਦੇ ਵਿੱਚ ਪੂਣੀ ਲਾ ਰਹੇ ਸੀ ਅਤੇ ਉੱਥੇ ਦੱਸਣ ਦੇ ਮੁਤਾਬਕ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਇਹਦੀ ਡੈਥ ਹੋ ਗਈ ਹੈ ਜੀ, ਲੜਕੇ ਨੂੰ, ਜਿਹੜਾ ਸਾਡੇ ਪਿੰਡ ਦਾ ਟੋਲਗੇਟ ਦਾ। ਅਤੇ ਦੂਸਰੇ 3 ਲੜਕੇ ਕਹਿੰਦੇ ਉਹ ਦਾਖਲ ਨੇ ਜੀ ਕੋਟੀ ਸੇਖਾਂ ਹੋਸਪਿਟਲ ਦੇ ਵਿੱਚ। ਕੀ ਨਾਂ ਤੇ? ਇਹ ਕੋਈ ਮਜ਼ਦੂਰ ਸੀਗਾ ਜਾਂ ਕੋਈ ਕਿਸਾਨੀ ਦਾ ਸੰਬੰਧ ਰੱਖਦਾ? ਮਜ਼ਦੂਰ ਸੀ ਜੀ, ਐਸੀ ਹੈ ਜੀ ਮੁੰਡਾ, ਉਹ ਮਿਹਨਤੀ ਸੀ, ਗਰੀਬ ਘਰੋਂ ਆ। ਅਤੇ ਕਿੰਨੀ ਕੁ ਉਮਰ ਹੋ ਗਈ ਇਹਦੀ? ਉਮਰ ਹਜੇ ਇਹਦੀ ਕੋਈ 25-26 ਸਾਲ ਹੀ ਹੋਏਗੀ ਜੀ। ਕਿੰਨੇ ਬੱਚੇ ਆ ਜੀ? ਬੱਚਾ ਇੱਕ ਹੀ ਆ ਜੀ। ਕੀ ਸਰਕਾਰ ਤੋਂ ਕੀ ਮੰਗ ਕਰਦੇ ਜੀ? ਸਰਕਾਰ ਤੋਂ ਇਹ ਮੰਗ ਕਰਦੇ ਜੀ, ਗਰੀਬ ਪਰਿਵਾਰ ਆ ਅਤੇ ਇਹਨਾਂ ਦੀ ਜਿੰਨੀ ਵੱਧ ਤੋਂ ਵੱਧ ਹੋ ਸਕੇ ਸਰਕਾਰ ਸਹਾਇਤਾ ਕਰੇ ਜੀ। ਮੈਂ ਵਿਨੋਦ ਕੁਮਾਰ, ਨਾਇਬ ਤਹਿਸੀਲਦਾਰ ਜੀਰਾ, ਅੱਜ ਇੱਥੇ ਸਿਵਲ ਹੋਸਪਿਟਲ ਜੀਰਾ ਵਿਖੇ ਆਇਆ ਸੀ। ਅੱਜ ਅਸਮਾਨੀ ਬਿਜਲੀ ਡਿੱਗਣ ਕਾਰਨ ਪਿੰਡ ਤਲਵੰਡੀ ਜੱਲੇ ਖਾਂ ਵਿਖੇ ਜਿਹੜੇ 3 ਬੰਦੇ ਜ਼ਖਮੀ ਹੋ ਗਏ ਸੀ ਅਤੇ ਇੱਕ ਬੰਦਾ ਜਿਹੜਾ ਜਿਹਦੀ ਡੈਥ ਹੋ ਗਈ ਹੈ, ਉਹਦਾ ਨਾਂ ਸਤਪਾਲ ਸਿੰਘ, ਸਨ ਆਫ ਮੰਗਲ ਸਿੰਗ, ਪਿੰਡ ਉਹਦਾ ਟੋਲਬੇਟ ਸੀਗਾ। ਇਹ ਖੇਤ ਦੇ ਵਿੱਚ ਕੰਮ ਕਰ ਰਹੇ ਸੀ, ਕੰਮ ਕਰਨ ਦੌਰਾਨ ਅਚਾਨਕ ਬਾਰਿਸ਼ ਆਈ ਅਤੇ ਬਿਜਲੀ ਡਿੱਗਣ ਕਾਰਨ ਇਹ ਬੰਦੇ ਦੀ ਅਚਾਨਕ ਡੈਥ ਹੋ ਗਈ ਸੀ। ਜਿਹੜੇ ਬਾਕੀ ਜਿਹੜੇ 3 ਆ ਉਹਨਾਂ ਦਾ ਅਜੇ ਤੱਕ ਬਚਾਅ ਜੀ? ਬਾਕੀ ਜਿਹੜੇ 3 ਨੇ ਉਹ ਹੋਸਪਿਟਲ ਵਿੱਚ ਕੋਟੀ ਸਿੰਘਾਂ ਦਾਖਲ ਹੈ, ਉਹ ਕਹਿੰਦੇ ਠੀਕ ਹੈਗੇ ਨੇ ਅਤੇ ਅੰਡਰ ਟ੍ਰੀਟਮੈਂਟ ਹੈਗੇ ਨੇ। ਅਸਮਾਨੀ ਬਿਜਲੀ ਡਿੱਗਣ ਕਾਰਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਾਂ ਕੁਦਰਤੀ ਆਫਤਾਂ ਆਉਂਦੀਆਂ ਤਾਂ ਜਿਹੜਾ ਕਿਸੇ ਦੀ ਡੈਥ ਹੁੰਦੀ ਤਾਂ ਉਹਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ। ਸਰਕਾਰ ਵੱਲੋਂ ਜਿਹੜਾ ਮੁਆਵਜ਼ਾ ਦੇਣ ਸੰਬੰਧੀ ਅਸੀਂ ਕਾਰਵਾਈ ਕਰਾਂਗੇ ਅਤੇ ਜਿਹੜੀ ਅਸਮਾਨੀ ਬਿਜਲੀ ਡਿੱਗਣ ਕਾਰਨ ਲਗਭਗ 4 ਲੱਖ ਰੁਪਏ ਦਾ ਮੁਆਵਜ਼ਾ ਜਿਹੜਾ ਸਰਕਾਰ ਵੱਲੋਂ ਮਿਲਦਾ ਹੈਗਾ, ਉਹ ਅਸੀਂ ਜਿਹੜੀ ਰਿਪੋਰਟ ਬਣਾ ਕੇ ਡੀ ਸਾਹਿਬ ਨੂੰ ਭੇਜਾਂਗੇ ਤਾਂ ਜੋ ਇਹਨਾਂ ਨੂੰ ਬਣਦਾ ਮੁਆਵਜ਼ਾ ਮਿਲ ਸਕੇ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ।